ਬੱਬੂ ਵੀਰ ਐਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਕਰ ਭਾਜੀ ਟੱਕਾ ਇਹੀ ਚੀਜ਼ ਹੈ ਸੇਮ ਇਹ ਚੀਜ਼ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਦਾ ਠੀਕ ਹੈ ਇਲੀਗਲ ਚੀਜ਼ ਹੈ ਇਹ ਤੇ ਬਾਈ ਇਸ ਵੀਡੀਓ ਤੇ ਨਾ 150 ਕਮੈਂਟ ਹੋਣੇ ਚਾਹੀਦੇ ਇੱਕ ਬੰਦੇ ਦੇ ਨਹੀਂ ਮਤਲਬ ਇੱਕ ਬੰਦਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਜੀ ਨਵੇਂ ਵਲੌਗ ਦੇ ਵਿੱਚ ਮੈਨੂੰ ਲੱਗਦਾ ਹੋ ਚੱਲੇ ਹਨ 3-4 ਦਿਨ ਬਾਅਦ ਵਲੌਗ ਸ਼ੁਰੂ ਕਰਨ ਲੱਗਿਆ ਪੁਰਾਣੇ ਵਲੌਗ ਬਣੇ ਹੋਏ ਤੇ ਬਾਕੀ ਵਿੱਚ ਗੈਪ ਗੂਪ ਜਿਹਾ ਪੈ ਗਿਆ ਤਾਂ ਤੇ ਬਾਈ ਮੈਨੂੰ ਨਾ ਐਵੇਂ ਤਾਂ ਵੀ ਮਤਲਬ ਜਿਹੜਾ ਮੋਟਰਸਾਈਕਲ ਦਾ ਆਪਾਂ ਨੇ ਉਹ ਮੂਰੇ ਤੇ ਕੰਮ ਜਿਹਾ ਕਰਵਾਇਆ ਨਾ ਵੀ ਜਿਹੜਾ ਚਿਮਟੇ ਚਿਮਟੇ ਜੇ ਪਏ ਨੇ ਮੈਨੂੰ ਐਂ ਤਾਂ ਵੀ ਕੰਮ ਲੋਟ ਨਹੀਂ ਆਉਣਾ ਉਹ ਤੇ ਬਾਅਦ ਠੀਕ ਹੈ ਚੱਲ ਵੀ ਮਤਲਬ ਐਕਸੀਡੈਂਟ ਦੇ ਬਾਅਦ ਵੀ ਸਿੱਧਾ ਨਹੀਂ ਜਾਊਗਾ ਹੱਥ ਛੱਡਣੇ ਦੇ ਬਾਅਦ ਮਤਲਬ ਐਂ ਬੈਲੈਂਸਿੰਗ ਨਹੀਂ ਬਣਨੀ ਹੈਗੀ ਪਰ ਠੀਕ ਹੈ ਬਾਈ ਠੀਕ ਹੈ ਮੈਂ ਚਲਾ ਕੇ ਦੇਖਿਆ ਅੱਜ ਕਾਲਜ ਗਿਆ ਤਾਂ ਮੈਂ ਸ਼ਾਮ ਨੂੰ ਵਲੌਗ ਸ਼ੁਰੂ ਕਰ ਰਿਹਾ ਠੀਕ ਆ ਮਤਲਬ ਕਿ ਬੈਲੈਂਸਿੰਗ ਵੀ ਠੀਕ ਹੈ ਤੇ ਚਲਾਣੇ 'ਚ ਵੀ ਠੀਕ ਆ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਮਾੜਾ ਮੋਟਾ ਤੁਹਾਨੂੰ ਪਤਾ ਹੀ ਹੈ ਉਹ ਓਰੀਜਨਲ ਵਾਲੀ ਗੱਲ ਕਿੱਥੇ ਬਣਦੀ ਹੈ ਠੀਕ ਹੈ ਯਾਨੀ ਕਿ ਉਹ ਚੀਜ਼ ਤਾਂ ਚਲੋ ਨਵੀਂ ਬਣਦੀ ਨਹੀਂ ਹੈਗੀ ਠੀਕ ਹੈ ਬਾਕੀ ਜਿਹੜਾ ਡੈਂਟ ਡੁੰਟ ਤਾਂ ਉਹ ਵੀ ਆਪਾਂ ਨੇ ਕਢਵਾ ਤਿਆ ਤਾਂ ਬਾਕੀ ਓਰੀਜਨਲ ਚੀਜ਼ ਓਰੀਜਨਲ ਹੈ ਠੀਕ ਹੈ ਆ ਮਤਲਬ ਕਿ ਥੋੜਾ ਜਿਹਾ ਨਾ ਲੁੱਕ ਚੇਂਜ ਹੋਈ ਹੈ ਵੀ ਆਹ ਚੀਜ਼ ਵੀ ਆਪਾਂ ਉਤਾਰਤੀ ਸੀ ਠੀਕ ਹੈ ਬਲੈਕ ਦਾ ਜਿਵੇਂ ਮਤਲਬ ਉਹ ਵੀ ਚੀਜ਼ ਉਤਾਰਤੀ ਬਾਕੀ ਆ ਹੈਂਡਲ ਥੋੜਾ ਜਿਹਾ ਆਪਾਂ ਨੇ ਦੂਜਾ ਪਵਾਇਆ ਇੱਕ ਤੁਹਾਨੂੰ ਦਿਖਾਉਣਾ ਮੈਂ ਹੈਂਡਲ ਵੀ ਚੇਂਜ ਕਰਵਾਇਆ ਪਹਿਲਾਂ ਤੁਸੀਂ ਚੈੱਕ ਕਰਿਆ ਹੋਣਾ ਮਤਲਬ ਕਿ ਥੋੜਾ ਜਿਹਾ ਫਲੈਟ ਜਾ ਤਾਂ ਹਨਾ ਸਿੱਧਾ ਜਾ ਇਹਦੇ ਵਿੱਚ ਹੁਣ ਕਿਹਾ ਇਹ ਦੇਖੋ ਬੈਂਡ ਜ਼ਿਆਦਾ ਹੈ ਮਤਲਬ ਕਿ ਇਹ ਬੈਂਡ ਜ਼ਿਆਦਾ ਠੀਕ ਹੈ ਤਾਂ ਕਰਕੇ ਇਹ ਥੋੜਾ ਕੰਫਰਟੇਬਲ ਜਿਹਾ ਲੱਗਿਆ ਮੈਨੂੰ ਮੈਂ ਉਹ ਵਿੱਚ ਦੇਤਿਆ ਤੇ ਇਹ ਪਵਾ ਲਿਆ ਮਤਲਬ ਸੈੱਟ ਲੱਗਦਾ ਇਹਦੇ ਨਾਲ ਕੰਫਰਟ ਵੱਧਦਾ ਬਾਈ ਪਹਿਲਾਂ ਨਾਲ ਤੇ ਚਲਾਣੇ 'ਚ ਵੀ ਮਤਲਬ ਕਿ ਆ ਦੇਖੋ ਪਹਿਲਾਂ ਟੱਚ ਕਰਦਾ ਤਾਂ ਹੁਣ ਕਟਾਈ ਕਟੋਈ ਵੀ ਜ਼ਿਆਦਾ ਮੁੜਦੀ ਹੈ ਸਾਰਾ ਕੋਈ ਮਤਲਬ ਹੁਣ ਇਹਦੇ ਵਿੱਚ ਚਲਾਣੇ 'ਚ ਫਰਕ ਮਤਲਬ ਚੇਂਜ ਹੀ ਹੋ ਗਿਆ ਤੇ ਬਾਈ ਮੈਂ ਨਾ ਹੁਣ ਤਾਂ ਸਹੀ ਸਤਿ ਸ੍ਰੀ ਅਕਾਲ ਨਹੀਂ ਵਲੌਗ ਤਾਂ ਸ਼ੁਰੂ ਕਰ ਲਿਆ ਤੇ ਮੈਂ ਤੁਹਾਨੂੰ ਦੱਸਿਆ ਹੋਣਾ ਪਿੱਛੇ 4-5 ਵਲੌਗਾਂ ਦੇ ਵਿੱਚ ਠੀਕ ਹੈ ਵੀ ਹੂਟਰ ਵਾਲੀ ਗੱਲਬਾਤ ਹੋਈ ਵੀ ਹੈ ਹੂਟਰ ਨਾ ਤਾਂ ਉਹ ਸੁਣ ਤਾਂ ਸਹੀ ਨਾ ਤਾਂ ਹੂਟਰ ਬੀਮਰ ਨੂੰ ਲਾਣਾ ਠੀਕ ਹੈ ਨਾ ਆਏ ਗੱਡੀ ਨੂੰ ਲਾਣਾ ਨਾ ਆਪਾਂ ਨੇ ਲਾਣਾ ਬਾਈ ਬਰਨਾ ਦੇ ਕਿਹਦੇ ਲਾਈਏ ਸਕੂਟਰ ਦੇ ਲਾਣਾ ਕਿਉਂਕਿ ਬਾਈ ਮੈਂ ਤੁਹਾਨੂੰ ਦੱਸਦਾ ਉਹ ਆਪਾਂ ਰਿਕਮੈਂਡ ਨਹੀਂ ਕਰਦੇ ਠੀਕ ਹੈ ਵੀ ਕਿਸੇ ਨੂੰ ਲਿਆਉਣ ਵਾਸਤੇ ਉਹ ਚੀਜ਼ ਤੁਹਾਨੂੰ ਪਤਾ ਇਲੀਗਲ ਹੈ ਪੁਲਿਸ ਵਾਲਾ ਫੈਰਨਾ ਨਾ ਤਾਂ ਗੱਡੀ ਉਹਦੇ ਕਿਆ ਦੇਖਦੀ ਕੁੜੀ ਨਾ ਤਾਂ ਮਤਲਬ ਕਿ ਇਲੀਗਲ ਹੈ ਬਾਈ ਠੀਕ ਨਹੀਂ ਉਹ ਤੂੰ ਮੇਰੀ ਗੱਲ ਸੁਣ ਸਿਆਣੀ ਗੱਲ ਕਰ ਦਾਂਗਾ ਨਹੀਂ ਸਿਆਣੀ ਪੂਰੀ ਇੱਧਰ ਨੂੰ ਆ ਮਹਾਪੂਰੀ 18 ਪਲੱਸ ਵਾਲਿਆ ਚਾਹੋ ਤੇ ਨਾ ਤਾਂ ਬਾਈ ਮਤਲਬ ਕਿ ਇਲੀਗਲ ਚੀਜ਼ ਹੈ ਠੀਕ ਹੈ ਕਾਹਨੂੰ ਆਪਾਂ ਵੀ ਆਪਣਾ ਕਾਨੂੰਨ ਨਹੀਂ ਤੋੜਨਾ ਹੈਗਾ ਫੇਰ ਵੀ ਲਾਓ ਦੇ ਸਟੂਡੈਂਟ ਹੈ ਲਾਉਣੀ ਚਾਹੀਦੀ ਤੇ ਸਕੂਟਰ ਨੂੰ ਲਾ ਦੂੰਗਾ ਜਿਹੜੀ ਕਦੀ ਜਾਂਦੀ ਨਹੀਂ ਸ਼ਹਿਰ 'ਚ ਪਿੰਡਾਂ ਮੁੰਡਾਂ 'ਚ ਸ਼ਹਿਰ 'ਚ ਮਤਲਬ ਪਿੰਡਾਂ ਮੁੰਡਾਂ 'ਚ ਘੁੰਮਦੀ ਹੁੰਦੀ ਆ ਉਹ ਚੀਜ਼ ਤੇ ਹੁਣ ਸਕੂਟਰੀ ਪਰ ਚੱਲਦੇ ਬੁਲਟ ਨੂੰ ਰਹਿਣ ਦੇ ਅੱਗੇ ਰੱਖ ਲਿਆਉਂਗੇ ਸਮਾਨ ਰੱਖਣਾ ਔਖਾ ਥੋੜਾ ਬੁਲਟ ਦਾ ਚੱਕਰ ਪੈ ਜੇ ਕਰਦਾ ਉਹ ਸਕੂਟਰੀ ਪਰ ਐਂ ਅੱਗੇ ਰੱਖ ਹੋ ਜਾਂਦਾ ਘੱਟੋ ਘੱਟ ਪਤਾ ਤਾਂ ਨਹੀਂ ਲੱਗਦਾ ਵੀ ਉਹ ਕਿਉਂਕਿ ਬਾਕਸ ਬੜਾ ਹੁੰਦਾ ਨਾ ਉਹਦਾ ਲਈਏ ਫਿਰ ਚੱਲੀਏ ਫਿਰ ਖੜ ਜਾ ਫਿਰ ਬੂਟ ਪਾਟ ਨਹੀਂ ਪਾਣੀ ਕੰਮ 5 ਮਿੰਟ ਦੀ ਕੰਮ ਹੈ ਬਸ ਜੇਬ ਖਾਲੀ ਟੈਂਕੀ ਫੁੱਲ ਲੂਣਾ ਲੱਗਿਆ ਕਹਿੰਦੇ ਬੜੇ ਜਿਨ੍ਹਾਂ ਬਾਅਦ ਲੂਣਾ ਚੱਕ ਲਈ ਆਪਾਂ ਇਹ ਵੀ ਸਵਾਰੀ ਵਧੀਆ ਹੈ ਬੁਲਟ ਨਾਲ ਤੇ ਮੈਂ ਕਹਿੰਦਾ ਹੁਣ ਵਧੀਆ ਕੰਫਰਟ ਹੈਗੀ ਆ ਠੀਕ ਹੈ ਤੇ ਤੈਨੂੰ ਪਤਾ ਬਾਈ ਆਪਾਂ ਭਾਵੇਂ ਸਾਈਕਲ ਹੋਵੇ ਠੀਕ ਹੈ ਮੈਂ ਤਾਂ ਉਹ ਵੀ ਚਲਾ ਲੂੰਗਾ ਚਲਾਉਣਾ ਕਿਆ ਸਾਈਕਲ ਭਾਵੇਂ ਕਾਲਜ ਨੂੰ ਲੈ ਜਾਵਾਂ ਮੈਂ ਕੋਈ ਚੱਕਰ ਵਾਲੀ ਗੱਲ ਤੂੰ ਅਜੇ ਕਹਿੰਦਾ ਵੀ ਤੂੰ ਵੀ ਸਕੂਟਰੀ ਨਹੀਂ ਲੈ ਕੇ ਜਾਂਦਾ ਕਾਲਜ ਨੂੰ ਮੈਂ ਲੈ ਜਾਂਦਾ ਹੈ ਉਹ ਦੇਖੀ ਬਾਕੀ ਸਭ ਤੋਂ ਪਹਿਲਾਂ ਜਾ ਕੇ ਬਾਈ ਹੂਟਰ ਲੈ ਕੇ ਆਈਏ ਠੀਕ ਹੈ ਮੈਂ ਪਹਿਲਾਂ ਦੱਸ ਦਵਾਂ ਮੈਂ ਰਿਕਮੈਂਡ ਨਹੀਂ ਕਰਦਾ ਹੈਗਾ ਆਪਣੇ ਰਿਸਕ ਪਰ ਲਿਓ ਕਿਉਂਕਿ ਇਹ ਚੀਜ਼ਾਂ ਅਲਾਊਡ ਨਹੀਂ ਹੈਗੀਆਂ ਠੀਕ ਹੈ ਅਸੀਂ ਵੀ ਸਿਰਫ ਚੇਤਕ ਨੂੰ ਲਾਉਣਾ ਤੈਨੂੰ ਵੀ ਦੱਸ ਦਵਾਂ ਮੈਂ ਮੈਨੂੰ ਵੀ ਦੱਸਦਾ ਇਹਨੇ ਬਾਈ ਓਕੇ ਜੀ ਮਿਲਦੇ ਹਾਂ ਨਹੀਂ ਆਈਏ ਕਿੱਥੇ ਚੱਲਦਾ ਇਹ ਬਾਕੀ ਫਲੈਸ਼ ਔਨ ਕਰ ਲੈ ਮੜੀ ਜੀ ਫਿਟਿੰਗ ਕਰਨ ਵਾਲੇ ਨੂੰ ਜ਼ਿਆਦਾ ਪਤਾ ਹੈ ਲਿਗਰੇ ਪਕੜੀ ਇਹੀ ਚੀਜ਼ ਹੈ ਸੇਮ ਇਹ ਬੋਲਣ ਵਾਲਾ ਹੋ ਗਿਆ ਇਹ ਨਾਈ ਮਿੱਤਰੋ ਆ ਰੱਖ ਲਿਆ ਲੈ ਲਿਆ ਠੀਕ ਹੈ ਕਿਆ ਹੁੰਦਾ ਹੂਟਰ ਖੋਲ ਤਾਂ ਸਹੀ ਆਜੂ ਪੂਰਾ ਚੱਕ ਬਈ ਚੱਲ ਚੱਲੀਏ ਹੁਣ ਘਰਾਂ ਜਾ ਕੇ ਇਹਨੂੰ ਟੈਸਟ ਕਰਕੇ ਦੇਖੀਏ ਆਉਂਦੇ ਆਉਂਦੇ ਦੇਖ ਲੈ ਹਨੇਰਾ ਵੀ ਹੋ ਗਿਆ ਸ਼ਾਮਾਂ 'ਚ ਗਏ ਤੇ ਹਨੇਰਾ ਵੀ ਹੋ ਗਿਆ ਸਾਡਾ ਬੱਤੀ ਬਾਲ ਦਾ ਮੈਂ ਇੱਕ ਮਿੰਟ ਆ ਇੱਧਰ ਤੇ ਬਲਦੀ ਹੈ ਦੇਖੀ ਠੀਕ ਹੈ ਓਕੇ ਆ ਅਨਬੋਕਸਿੰਗ ਕਰ ਲੈਂਦੇ ਹਾਂ ਮੇਰੀ ਗੱਲ ਸੁਣ ਅਨਬੋਕਸਿੰਗ ਕਰ ਲੈਂਦੇ ਹਾਂ ਠੀਕ ਹੈ ਲਾ ਲੂ ਬਾਅਦ 'ਚੋਂ ਲਾਉਂਗੇ ਸਾਡੇ ਕੋਲ ਅਜੇ ਬੈਟਰੀ ਨਹੀਂ ਹੈਗੀ ਕਿੰਨੇ ਇਹਦੇ ਵਿੱਚ 7 ਹੈ ਉਹੀ ਸੇਮ ਹੈ ਬਾਈ ਸੇਮ ਹੈ ਇਹਦੇ ਵਿੱਚ ਬੋਲਣ ਵਾਲਾ ਹੁੰਦਾ ਮੈਂ ਕਿ ਜਾ ਤੇ ਠੀਕ ਹੈ ਇਹਦੇ ਵਿੱਚ ਬੋਲਣ ਵਾਲਾ ਹੈ ਤੇ ਆ ਦੇਖ ਇਹਨਾਂ ਨੇ ਉਹ ਵੀ ਟੇਪ ਜੀ ਦਿੱਤੀ ਵੀ ਹੈ ਟੇਪ ਲਾਣੇ ਵਾਸਤੇ ਦਿੱਤੀ ਵੀ ਮੇਨ ਪ੍ਰੋਜੈਕਟ ਇਹ ਹੈ ਠੀਕ ਹੈ ਉਹ ਇੱਕ ਮਿੰਟ ਵਾਲਾ ਇਹ ਆ ਠੀਕ ਹੈ ਉਹ ਇਹਦਾ ਲੋਹੇ ਦਾ ਇਹ ਹਾਂ ਉਹਦੇ ਵਾਲੇ ਚ ਪਲਾਸਟਿਕ ਦਾ ਬੰਨਾ ਲੋਹੇ ਦਾ ਜਣਾ ਇਹ ਤੇ ਬਾਈ ਮੈਂ ਤੁਹਾਨੂੰ ਦੱਸ ਦਵਾਂ ਠੀਕ ਹੈ ਇਹ ਚੀਜ਼ ਮੈਂ ਤੁਹਾਨੂੰ ਰეკਮੈਂਡ ਨਹੀਂ ਕਰਦਾ ਠੀਕ ਹੈ ਇਲੀਗਲ ਚੀਜ਼ ਹੈ ਇਹ ਮਤਲਬ ਗੱਡੀ ਗੁੱਡੀ ਵਿੱਚ ਤਾਂ ਬਾਈ ਨਾ ਹੀ ਲਾਇਓ ਠੀਕ ਆ ਅਸੀਂ ਨੇ ਵੀ ਲਾਣਾ ਨਹੀਂ ਹੈਗਾ ਉਹ ਵੈਸੇ ਲਾ ਕੇ ਦੇਖ ਲੂੰਗੇ ਮੜੀ ਟੈਸਟ ਡਰਾਈਵ ਕਰਨ ਕੇ ਦੇਖ ਲੂੰਗੇ ਠੀਕ ਹੈ ਪਿੰਡ ਪੁੰਡੇ 'ਚ ਚਲਾ ਕੇ ਦੇਖ ਲੂੰਗੇ ਪਰ ਇਹ ਬਾਹਰ ਚੀਜ਼ ਨਹੀਂ ਅਲਾਊਡ ਨਹੀਂ ਹੈਗੀ ਠੀਕ ਹੈ
यार ऑन नहीं हुई हैगी, ऑन नहीं हुई हैगी, नहीं ऑन नहीं, ऑन नहीं हुई यार, डायरेक्ट ना बैटरी वाला है, नहीं डायरेक्ट लगे कर दी, ऑन नहीं हुई हैगी, चंगी तरह ला लो भी मतरो अंधी आवाज है हैं, लो भी मतरो चैनल नु कर ले सब्सक्राइब, ठीक है चढ़ जा, आए था वाहेगुरु जी का खालसा, चढ़ जा वाहेगुरु जी का खालसा, वाहेगुरु जी की फतेह, ओके रिपोर्ट आवे जमी, चढ़ जा और ने मार असली दा उठ रहा है, असली दा उठ रहा है सब ते वधिया, सब ते वधिया आया लगता वेल वाला, गगी वीर तका क्या जी, बब्बू वीर ऐसा की कोई गल नहीं, तू ना कर पाजी तका, ए पाजी तका हो जांदा ओके रिपोर्ट है ना जमी लड़िया नहीं हूटर हाटर जे ना वरते, आई बोलने वाली, बोलने वाली च सवाद ही है, बस है ना बोलने वाली च सवाद है, धक्का भाजी जिनू मर्जी ला लै, है आप ने पता करना स्कूटर ने ना इथे ला लेना आ चीज नाइड न इतने ना एन बढ़िया जाली वाला होंगे एक एन ला के अंदर ना नटा ना कस देना आ मैक जहा ले आना उरे, मैक जहा ला देना उरे, ठीक है नी चेतक पर दस्यो भाई कमेंट करके चेतक पर लाइए, ठीक है सबसे पहला तो भाई ब्लॉग खत्म करने तो फिर मैं एक बार पहला कहना, ठीक है भी आई एम नॉट रिकमेंडिंग दिस प्रोडक्ट टू बाय, ठीक है भी मतलब भाई बाय मतलब कि अपने रिस्क पर ले लियो, ऊँ स्वाद में ले लियो, ठीक है मतलब कि यह चीज़ हैगी, मतलब कि कहते नहीं होंगे जिम्मे इलीगल होंगी है ना, चला इलीगल तो हर एक चीज़ है मतलब कि जी एवें सैरन सूरन जे तो जिन्हें मतलब फिर भी लेना चल अपने स्वाद में ले लियो, ठीक है बाकी चीज़ घेंट है भाई, ठीक है एन चला के देखी प्रमोशन प्रोडक्ट है ये, तो अज का ब्लॉग मेरा भीर करते हैं इतनी एंड, पौने सत्त हो गए, ठीक है फिर सत्त साढ़े सत्त बजे ब्लॉग भी अपने अपलोड करना होंगे, तो मिलते हैं किसी अगले घंटे जो ब्लॉग में, टिल दैन बाय बाय, हजे नहीं करना है, तो बुलट पर ला के देखा, ठीक है बुलट पर वधिया चलता, ठीक है तो चेतक पर लाऊंगे, ठीक है चेतक पर वध स्वाद है, ठीक है पिंड पुंड च घूमने वास्ते बाहर शहर के ये चीज़ अलाउड नहीं हैगी, ठीक है आप फिर भी बई कानू, ठीक नहीं लॉ के स्टूडेंट हाँ, मैं फिर कहना एंड के भी यही चीज़ा करते चंगे नहीं लगते है, बाकी मिलते हैं किसी अगले घंटे जो ब्लॉग में, टिल दैन बाय।